ਲਾਨਤ ਦਰੂਦ ਪਾਕ ਪੜ੍ਹ ਲਓ ਅੱਲਾਹੁਮਾ ਸੱਲਿ ਅਲਾ ਮੁਹੰਮਦ ਵਾਲ ਮੁਹੰਮਦ ਮਾਸ਼ਾਅੱਲਾ ਲਾ ਹੌਲਾ ਵਲਾ ਕੁਵਤਾ ਇਲਾ ਬਿੱਲਾਹਿ ਅਲੀ ਅਜ਼ੀਮ ਬਾਬਾ ਦੇ ਬੁਲੰਦ ਸਲਾਵਾ ਮੈਂ ਪੁੱਛਦਾ ਮਸਤੂਰਾਂ ਤੋਂ ਨਸਲਾਂ ਬਾਦੋਂ ਤੇ ਦੇਵਾਸਤਨਾਮ ਖੁਦਾ ਦਾ ਦੱਸੋ ਕਿਤਨਾ ਪਾਣੀ ਪੀ ਸੰਗਦਾ ਏ ਕੋਈ ਬਾਲ ਹੋਵੇ ਛੇ ਮਾਧਵ ਦੱਸੋ ਕਿਤਨਾ ਪਾਣੀ ਆਈ ਪੀ ਸੰਗਦਾ ਏ ਕੋਈ ਬਾਲ ਹੋਵੇ ਛੇ ਮਦ ਤੇ ਇੱਕ ਘੁੱਟ ਦੀ ਖਾਤਰ ਕੁਸ ਗਿਆ ਹੈ ਤੇ ਅਰਬਾਬ ਦਾ ਪਾਕ ਸ਼ਹਿਜ਼ਾਦਾ ਰਿਹਾ ਮੰਗਦਾ ਪਿਓ ਦਿਓ ਕਾਤਲ ਤੋਂ ਹੱਕ ਮਾਰ ਹੁਸੈਨ ਦੀ ਮਾਦਾ ਮੈਂ ਨੌਕਰ ਪਿਆਦਾ ਮੈਂ ਪੁੱਛਦਾ ਕੁਲ ਮਸਤੂਰਾਂ ਤੂੰ ਤੇ ਦੇਵਾਸਤਨਾਮ ਖੁਦਾ ਦਾ ਦੱਸੋ ਕਿਤਨਾ ਪਾਣੀ
ਪੀ ਸੰਗਦਾ ਏ ਕੋਈ ਬਾਲ ਹੋਵੇ ਛੇ ਮਾਧਵ ਦੱਸੋ ਕਿਤਨਾ ਪਾਣੀ ਪੀ ਸੰਗਦਾ ਏ ਕੋਈ ਬਾਲ ਹੋਵੇ ਛੇ ਮਾਧਵ ਇੱਕ ਘੁੱਟ ਦੀ ਖਾਤਰ ਕੁਸ ਗਿਆ ਈ ਤੇ ਅਰਬਾਬ ਦਾ ਪਾਕ ਸ਼ਹਿਜ਼ਾਦਾ ਔਰੀਆ ਮੰਗਦਾ ਪਿਉਦਿਆਂ ਕਾਤਲਾਂ ਤੋਂ ਹੱਕ ਮਾਰ ਹੁਸੈਨ ਦੀ ਮਾਦਾ ਸ਼ਬੀਰ ਫਰਮਾਇਆ ਲੋਗੋ ਮੈਂ ਗਰੀਬਾਂ ਪੀਂਗੇ ਚੁਗਰਾ ਕਿਆ ਦੇ ਅੰਮਾ ਮੇਰੇ ਬਾਬੇ ਨੂੰ ਆਖ ਅਕਬਰ ਦਿਆਂ ਕਾਤਲਾਂ ਦੇ ਸਾਹਮਣੇ ਗਰੀਬ ਨਾ ਛਡਾਵੇ ਅਜਾ ਮੈਂ ਅਲੀ ਜ਼ਿੰਦਾ ਸੈਣ ਫਿਜ਼ਾ ਦਰ ਖੈਮੇ ਤਿਆਗ ਸੱਟ ਮਾਰਿਆ ਪੁੱਤਰ ਰਸੂਲ ਦਾ ਖੈਮੇ ਆ ਸ਼ਬੀਰ ਔਖੇ ਜਾਂ ਸੌਖੇ ਖੈਮੇ ਆਏ ਨੇ ਕਿਉਂ ਬੁਲਾਇਆ ਜੇ ਫਰਮਾਇਆ ਜਿਸ ਟਾਈਮ ਦਾ ਗਰੀਬ ਛਡਾਇਆ ਜੇ ਅਸਗਰ ਪੀਂਗੇ ਨਹੀਂ ਸਮਦਾ ਸ਼ਬੀਰ ਸੈਣ ਰਬਾਬ ਤੂੰ ਪੁੱਤਰ ਨੂੰ ਲੈ ਆਏ ਲਾਏ ਕੇ ਟੁਰੇਨ ਤੇ ਆਲੀਆ ਫਰਮਾਉਂਦੇ ਨੇ ਇੰਝ ਨਾ ਚਾ ਇੰਝ ਚਾ ਜਿਵੇਂ ਮਾਵਾਂ ਚੇਂਦੀਆਂ ਨੇ ਸ਼ਬੀਰ ਇੰਝ ਪੁੱਤਰ ਨੂੰ ਚਾਇਆ ਏ ਸੀਨੇ ਦੇ ਨਾਲ ਲਾਇਆ ਏ ਜਦਾਂ ਮੈਦਾਨ ਚਾਏ ਤੇ ਜ਼ੁਲਮਾ ਲਾਲਮਾ ਡਿੱਠਾ ਏ ਇੱਕ ਦਿਨ ਉਜੇ ਨੂੰ ਆਉਂਦੇ ਨੇ ਕੁਰਾਨ ਦਾ ਮੇਲਾ ਕੀ ਨਹੀਂ ਆਉਂਦਾ ਏ ਸਿਮਰ ਇਹਨਾਂ ਸਾਰਿਆਂ ਸਿਪਾਹੀਆਂ ਦੇ ਪਾਸੇ ਵੇਖ ਉੱਚਾ ਬੋਲ ਕੇ ਆਦਾ ਏ ਦੀ ਇੱਕ ਨਹੀਂ ਮੰਨਣੀ ਮੈਦਾਨ ਦੇ ਵਿੱਚ ਤੇ ਬਾਵੇਂ ਲੱਖ ਕੁਰਾਨ ਉਠਾਏ ਜ਼ਾਲਿਮਾ ਦਾ ਏ ਦੀ ਮਾਂ ਵੀ ਗਈ ਆਈ ਉੱਠਦੀ ਬਾਂਦੀ ਇਹ ਵੀ ਉੱਠਦਾ ਬਾਂਦਾ ਜਾਏ ਉਮਰ ਸਾਰਾ ਦਾ ਭਰਾ ਮਾਰੇ ਗਏ ਸੁ ਪੁੱਤਰ ਮਾਰੇ ਗਏ ਸੁ ਬੱਚਿਆ ਸੰਗੀ ਕੋਈ ਨਹੀਂ ਸੁ ਹੁਣ ਕੁਰਾਨ ਕਿਉਂ ਜਾਣੇ ਸੁ ਸਿਮਰੇ ਦੇ ਪਾਸੇ ਵੇਖ ਕੇ ਆਦਾ ਤੂੰ ਨਹੀਂ ਜਾਣਦਾ ਇੱਕੋ ਖਤਰਾ ਏ ਭੇਣ ਦੀ ਚਾਹ ਉਹ ਮੌਲਾ ਤੁਹਾਡੀਆਂ ਨਸਲਾਂ ਆਬਾਦ ਰੱਖੇ ਇੱਕ ਬਾਏ ਦੇ ਪਾਸੇ ਵੇਖ ਕੇ ਆਦਨ ਇਹਦੀ ਇੱਕ ਨਹੀਂ ਬਣਨੀ ਮੈਦਾਨ ਦੇ ਵਿੱਚ ਤੇ ਬਾਵੇਂ ਲੱਖ ਕੁਰਾਨ ਉਠਾਏ ਇਹਦੀ ਮਾਂ ਵੀ ਗਈ ਈ ਹੱਥ ਰੱਖ ਪਾਸੇ ਤੇ ਇਹ ਵੀ ਉੱਠਦਾ ਬਹਿੰਦਾ ਜਾਵੇ ਉਮਰ ਸਾਦਾ ਦੇ ਭਰਾ ਮਾਰੇ ਗਏ ਸੁ ਪੁੱਤਰ ਮਾਰੇ ਗਏ ਸੁ ਹੁਣ ਕੁਰਾਨ ਚਾਣ ਦੇ ਕਿਹੜੇ ਫਾਇਦੇ ਸੁ ਜ਼ਾਲਮੇ ਦੇ ਪਾਸੇ ਵੇਖ ਕੇ ਆਉਂਦਾ ਇੱਕੋ ਖਤਰਾ ਏ ਭੇਣ ਦੀ ਚਾਦਰ ਦਾ ਤੇ ਟੁਰ ਗਿਆ ਸੁ ਅੱਬਾਸ ਭਰਾ ਏ ਆਦੇ ਹੁਣ ਸੋਚਦਾ ਏ ਮੈਂ ਵੀ ਲੈ ਵੰਜਣਾ ਏ ਕਿਨ ਵੰਜਸੀ ਆਉਣ ਦੀ ਮਾਂ ਸਰ